ਸਤਿ ਸ਼੍ਰੀ ਅਕਾਲ ਲੋਕਰਾਂ ਨੂੰ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ। ਡਾਕਟਰ ਸਾਹਿਬ ਵੈਲਕਮ। ਸ਼ੁਕਰੀਆ ਪੰਗੂ ਸਾਹਿਬ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਇੱਕ ਤਾਂ ਮੌਜੂਦਾ ਮੁੱਖ ਮੰਤਰੀ ਤੇ ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਗਾਤਾਰ ਭਿੜ ਰਹੇ ਨੇ ਆਪਸ ਦੇ ਵਿੱਚ, ਤੇ ਉਹ ਮਾਨ ਸਾਹਿਬ ਦਾ ਵੀ ਟਵੀਟ ਆਇਆ ਸੀ, ਕਹਿੰਦੇ ਕਿ ਇੰਨੇ ਕੁ ਟਾਈਮ ਹੈ ਚੰਨੀ ਸਾਹਿਬ ਤੁਹਾਡੇ ਕੋਲ ਤੇ ਇੰਨੇ ਕੁ ਵਜੇ ਤੱਕ ਦਾ ਟਾਈਮ ਹੈ, ਆਹ ਤਰੀਕ ਹੈ, ਆਪਣੇ ਆਪ ਮੰਨ ਜਾਓ, ਨਹੀਂ ਅਸੀਂ ਮਨਾ ਲਾਂਗੇ। ਦੂਜੇ ਪਾਸੇ ਚੰਨੀ ਸਾਹਿਬ ਕਿਹੜਾ ਘੱਟ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਆਮ ਆਦਮੀ ਪਾਰਟੀ ਦੀਆਂ ਪਰਤਾਂ ਖੋਲਤੀਆਂ। ਆਖਰ ਡਾਕਟਰ ਸਾਹਿਬ ਜਿਹੜਾ ਟਕਰਾਅ ਹੈ, ਆਹ ਸ਼ਬਦੀ ਟਕਰਾਅ ਹੈ, ਭ੍ਰਿਸ਼ਟਾਚਾਰ ਦਾ ਬੇਸ ਹੈ ਇਸ ਟਕਰਾਅ ਦਾ ਕਿ ਕਰਪਸ਼ਨ ਕਰ ਗਏ ਤੁਸੀਂ ਖਿਡਾਰੀਆਂ ਤੋਂ, 2-2 ਕਰੋੜ ਦੀ ਤੁਸੀਂ ਡਿਮਾਂਡ ਕਰਦੇ ਹੋ ਨੌਕਰੀਆਂ ਦੇ ਲਈ, ਪੰਜਾਬ ਤੁਸੀਂ ਲੁੱਟ ਕੇ ਖਾ ਗਏ, ਪੰਜਾਬ ਦੇ ਵਿੱਚ ਛੱਡਿਆ ਤੁਸੀਂ ਕੱਖ ਨਹੀਂ, ਪੰਜਾਬ ਦਾ ਬ੍ਰੇਨ ਡਰੇਨ ਹੋਈ ਜਾਂਦਾ, ਪੰਜਾਬ ਦੇ ਨੌਜਵਾਨ ਚਿੱਟੇ ਨਾਲ ਤੁਸੀਂ ਮਾਰਤੇ, 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਉੱਤੇ ਹੈ, ਪੰਜਾਬ ਦੇ ਵਿੱਚ ਲਗਾਤਾਰ ਕਿਸਾਨ ਖੁਦਕੁਸ਼ੀਆਂ ਕਰਦੇ ਨੇ, ਫੈਕਟਰੀ ਇੱਥੇ ਕੋਈ ਆਉਣ ਦੇ ਲਈ ਤਿਆਰ ਨਹੀਂ ਹੈਗੀ, ਵਪਾਰ ਸਾਰਾ ਇੱਥੇ ਆ ਕੇ ਖਤਮ ਹੋ ਗਿਆ, ਪੰਜਾਬ ਦੇ ਵਿੱਚ ਤੁਸੀਂ ਛੱਡਿਆ ਕੀ ਹੈ, ਹੁਣ ਤੁਹਾਨੂੰ ਫੜ ਕੇ ਅਸੀਂ ਅੰਦਰ ਦੇਵਾਂਗੇ। ਤੇ ਜਿਹੜੇ ਤੁਹਾਡੇ ਆਹ ਸਾਰੇ ਪਿੱਛੇ ਬੈਠੇ ਨੇ, ਵਿਧਾਨ ਸਭਾ ਦੇ ਵਿੱਚ ਗੱਲ ਹੋਈ ਸੀ ਕਿ ਬਾਜਵਾ ਸਾਹਿਬ ਜਿਹੜੇ ਤੁਹਾਡੇ ਸਾਰੇ ਪਿੱਛੇ ਬੈਠੇ ਨੇ, ਸਾਡੇ ਸਾਰਿਆਂ ਤੁਹਾਡੇ ਸਾਰਿਆਂ ਦੀਆਂ ਸਾਡੇ ਕੋਲ ਲਿਸਟਾਂ ਨੇ, ਤੇ ਸ਼ੁਰੂ ਕਈਆਂ ਤੋਂ ਹੋਇਆ ਤੇ ਹੁਣ ਗਰਾਰੀ ਅੜੀ ਹੋਈ ਹੈ ਸੀਐਮ ਚੰਨੀ ਸਾਹਿਬ ਤੇ ਆਗੇ। ਡਾਕਟਰ ਸਾਹਿਬ, ਕਿਸ ਨਿਗਾਹ ਦੇ ਨਾਲ ਸਾਰੇ ਇਸ ਮਾਮਲੇ ਨੂੰ ਤੁਸੀਂ ਦੇਖ ਰਹੇ ਹੋ? ਗੱਲ ਇਹ ਹੈ, ਦੇਖੋ ਪਹਿਲਾਂ ਵੀ ਆਪਾਂ ਇੱਕ ਅੱਧੀ ਵਾਰ ਗੱਲ ਕਰੀ ਸੀਗੀ, ਕਰਪਸ਼ਨ ਜਿਹੜੀ ਹੈ, ਮੈਂ ਅੱਜ ਹੀ ਅਖਬਾਰ ਦੀ ਮੁੱਖ ਮਤਲਬ ਜਿਹੜੀ ਸੁਰਖੀ ਨਹੀਂ ਐਡਵਰਟਾਈਜਮੈਂਟ ਦੇਖ ਰਿਹਾ ਸੀ ਕਿ ਕਰਪਸ਼ਨ ਫਰੀ ਪੰਜਾਬ, ਫਰੰਟ ਪੇਜ ਦੀ ਮਾਨ ਸਾਹਿਬ ਵੱਲੋਂ ਐਡਵਰਟਾਈਜਮੈਂਟ ਆਈ ਹੋਈ ਹੈ। ਇਹ ਇੰਸਟੀਟਿਊਸ਼ਨਲ ਕਰਪਸ਼ਨ ਹੈ, ਕੋਈ ਪਾਰਟੀ ਆਪਣੇ ਫੰਡਾਂ ਨਾਲ ਕਰੇ, ਕੋਈ ਵਿਅਕਤੀ ਆਪਣੇ ਪੈਸਿਆਂ ਨਾਲ ਕਰੇ, ਹੋਰ ਗੱਲ ਹੈ, ਤੁਸੀਂ ਟੈਕਸਪੇਅਰ ਦੇ ਪੈਸੇ ਨਾਲ ਜਦੋਂ ਇਸ ਤਰ੍ਹਾਂ ਆਪਣੀ ਐਡਵਰਟਾਈਜਮੈਂਟ ਕਰ ਦੋ, ਇਹ ਵੀ ਕਰਪਸ਼ਨ ਹੈ। ਸਿਕਿਉਰਟੀਆਂ ਜਿਹੜੀਆਂ ਜ਼ੈਡ ਜਾਂ ਜ਼ੈਡ ਪਲੱਸ ਦਿੱਤੀਆਂ ਹੋਈਆਂ ਨੇ ਸਾਰਿਆਂ ਨੂੰ, ਇਹ ਵੀ ਕਰਪਸ਼ਨ ਹੈ, ਇਹ ਇੰਸਟੀਟਿਊਸ਼ਨਲ ਕਰਪਸ਼ਨ ਹੈ। ਇਲੈਕਸ਼ਨਾਂ ਜਦੋਂ ਹੁੰਦੀਆਂ ਨੇ ਉਹਦੇ ਜਿਹੜੇ ਲਾਰੇ ਲਾਏ ਜਾਂਦੇ ਨੇ ਬੇਸਿਕਲੀ, ਉਹ ਵੀ ਕਰਪਸ਼ਨ ਹੈ। ਸੋ ਇਹ ਅਸੀਂ ਇੱਕ ਸਿਰਫ ਰਿਸ਼ਵਤ ਛੋਟਾ ਜਿਹਾ ਹਿੱਸਾ ਲੈ ਕੇ ਨਾ ਉਹਨੂੰ ਸਾਡੇ ਪੋਲੀਟੀਸ਼ੀਅਨਾਂ ਨੇ ਟਵਿਸਟ ਦੇ ਕੇ ਬਣਾ ਦਿੱਤਾ। ਕਰਪਸ਼ਨ ਦੇ ਜੇ ਸੀਰੀਅਸਲੀ ਸਟੱਡੀ ਕਰਨੀ ਹੈ, ਮਾਨ ਸਾਹਿਬ ਨੂੰ ਕਰਨੀ ਚਾਹੀਦੀ ਹੈ, ਔਰ ਇਹ ਕਰ ਸਕਦੇ ਨੇ ਮੇਰੇ ਖਿਆਲ ਦੇ ਵਿੱਚ, ਇਹ ਪਹਿਲੀ ਵਾਰੀ ਚਲੋ ਬੰਦਾ ਫਿਰ ਵੀ ਜਿਹੜਾ ਆਮ ਸਫਾ ਚੋਂ ਆਇਆ। 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹਦੇ ਬੈਨੀਫਿਸ਼ੀਅਰੀ ਕੌਣ ਸੀ ਇਹ ਲੱਭਣ ਦੀ ਲੋੜ ਹੈ, ਔਰ ਉਹਦੇ ਐਂਡ ਸਫਰਰ ਕੌਣ ਸੀ, ਇਹਦੇ ਇਹ ਕਰਪਸ਼ਨ ਦੀ ਜੜ ਨੂੰ ਇੱਥੋਂ ਹੱਥ ਪਾਓ। ਇਹ ਉਹਦਾ ਕੀ ਕਰ ਰਹੇ ਨੇ, ਉਹਦਾ ਸਿਆਸੀਕਰਨ ਕਰ ਰਹੇ ਨੇ, ਉਹਦਾ ਐਵੇਂ ਮਜ਼ਾਕ ਬਣਾਇਆ ਜਾ ਰਿਹਾ। ਮਤਲਬ 31 ਤਰੀਕ 2 ਵਜੇ ਤੱਕ ਆਪਣੇ ਭਾਈ ਭਤੀਜਿਆਂ ਨੂੰ ਪੁੱਛ ਲਓ, ਨਹੀਂ ਤਾਂ ਫਿਰ ਅਸੀਂ ਫੋਟੋਆਂ ਲੈ ਕੇ ਆ ਜਾਵਾਂਗੇ। ਮਤਲਬ ਇਹ ਬਹੁਤ ਲਾਈਟਲੀ ਇਹ ਗੱਲ ਨੂੰ ਕਰ ਰਿਹਾ। ਸਾਡਾ ਸਿਸਟਮ ਕਰਪਸ਼ਨ ਦੇ ਉੱਪਰ ਖੜਾ ਹੈ, ਚਾਹੇ ਕੁਛ ਪੋਲੀਟੀਸ਼ੀਅਨ ਅਫਸਰ ਜਾਣਬੁੱਝ ਕੇ ਕਰ ਰਹੇ ਹੋਣ, ਚਾਹੇ ਅਣਜਾਣੇ 'ਚ, ਵਿਅਸਤ ਅਣਜਾਣੇ 'ਚ, ਕੋਈ ਨਹੀਂ ਕਰਦਾ। ਸਾਡੀ ਸਾਰੀ ਸੱਤਾ, ਸਾਡੀ ਇਸਟੈਬਲਿਸ਼ਮੈਂਟ ਕਰਪਸ਼ਨ 'ਤੇ ਖੜੀ ਹੈ। ਸੋ ਸਾਰੀ ਨੂੰ ਤਾਂ ਨਹੀਂ ਰੋਕਿਆ ਜਾ ਸਕਦਾ, ਪਰ ਤੁਸੀਂ ਐਵੇਂ ਟੋਲ ਟਮੱਕਾ ਕਰਕੇ, ਰੌਲਾ ਰੱਪਾ ਪਾ ਕੇ ਆਪਣੇ ਆਪ 'ਤੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ। ਮਤਲਬ ਹੁਣ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਪਹਿਲਾਂ 3-4 ਦਿਨ ਹੋ ਗਏ ਆਪਾਂ ਨੂੰ ਮੈਚ ਦੇਖਦਿਆਂ ਨੂੰ, ਉਹ ਕਹਿੰਦੇ ਜੀ ਮੈਨੂੰ ਕੋਈ ਪਲੇਅਰ ਮਿਲਿਆ, ਉਹਨੇ ਇੱਦਾਂ ਕਿਹਾ, ਉਹ ਕਹਿੰਦਾ ਉਹਨੇ 2 ਉਂਗਲੀਆਂ ਖੜੀਆਂ ਕਰਤੀਆਂ, 2 ਲੱਖ ਸੀ ਉਹ, 2 ਕਰੋੜ ਸੀ ਉਹ, ਮਤਲਬ ਮਹਾਰਾਜ ਦੀ ਹਜ਼ੂਰੀ 'ਚ ਚਲੇ ਗਏ ਚੰਨੀ ਸਾਹਿਬ ਕਿ ਮੈਂ ਤੇਰਾ ਦੇਣਦਾਰ ਹਾਂ ਮਾਲਕਾ, ਮੈਂ ਤਾਂ ਕੋਈ ਗਲਤੀ ਨਹੀਂ ਕਰੀ। ਮਤਲਬ ਉਹ ਉਸ ਚੀਜ਼ ਨੂੰ ਵਿੱਚ ਲੈ ਆਏ, ਧਾਰਮਿਕ ਤੱਤ ਨੂੰ, ਆਪਣੇ ਦਲਿਤ ਹੋਣ ਨੂੰ, ਗਰੀਬ ਹੋਣ ਨੂੰ। ਪਰ ਹੁਣ ਜਿਹੜਾ ਚੈਲੰਜ ਇਹਨਾਂ ਨੇ ਕੀਤਾ ਅੱਜ, ਪਰ ਉਹਨੇ ਜਵਾਬ ਦੇ ਦਿੱਤਾ ਕਿ ਮੈਂ ਭਾਈ ਜੇ ਦੋਸ਼ੀ ਹਾਂ ਤਾਂ ਮੈਨੂੰ ਫੜ ਕੇ ਅੰਦਰ ਕਰੋ, 31 ਤਰੀਕ ਕਿਉਂ ਉਡੀਕ ਰਹੇ, ਪਰ ਡੀ ਪ੍ਰਚਾਰ ਕਿਉਂ ਕਰ ਰਹੇ ਹੋ? ਜਿਹੜਾ ਵੀ ਤੁਹਾਡੇ ਕੋਲ ਹੈ ਕੋਈ ਕੇਸ ਦਰਜ ਕਰੋ, ਮੈਨੂੰ ਫੜ ਕੇ ਅੰਦਰ ਕਰੋ। ਅੱਛਾ, ਇਹ ਚੈਲੰਜ ਚਾਹੇ ਉਹਨਾਂ ਨੇ ਬੜੀ ਨਿਰਮਾਣਤਾ ਨਾਲ ਕੀਤਾ, ਪਰ ਇਹ ਚੈਲੰਜ ਵੱਡਾ ਹੈ ਕਿ ਜਿਹੜੇ ਅਸੀਂ ਕਾਨੂੰਨ ਵੀ ਬਣਾਏ ਹੋਏ ਨੇ ਉਹਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਜੇ ਉਹ ਕਹਿੰਦਾ ਕਿ ਮੈਂ 2 ਲੱਖ ਦੀ ਔਫਰ ਕਰੀ ਸੀ, ਉਹ ਵੀ ਦੋਸ਼ੀ ਬਣਦਾ। ਸੋ ਇਹ ਮਤਲਬ ਗੱਲ ਨੂੰ ਮੇਰੇ ਖਿਆਲ ਦੇ ਵਿੱਚ ਸੀਰੀਅਸ ਮਾਮਲੇ ਨੂੰ ਨੋਨ ਸੀਰੀਅਸਲੀ ਹੈਂਡਲ ਕੀਤਾ ਜਾ ਰਿਹਾ, ਪਰ ਉਹ ਕਿਉਂਕਿ ਐਂਟਰਟੇਨਮੈਂਟ ਦੇ ਸਾਡੇ ਲੋਕ ਵੀ ਉੱਦਾਂ ਹੀ ਪਰਚ ਜਾਂਦੇ ਨੇ ਕਿ ਠੀਕ ਹੈ ਉਹਨੇ ਇੱਦਾਂ ਕਹਿ ਦਿੱਤਾ ਜੀ, ਦੂਜੇ ਨੇ ਇੱਦਾਂ ਕਹਿ ਦਿੱਤਾ, ਜਿਵੇਂ ਕਬੱਡੀ ਦੇ ਵਿੱਚ ਤੁਸੀਂ ਦੇਖੋ ਨਾ, ਜਾਂ ਹਾਕੀ 'ਚ ਜਿਹੜੇ ਬਾਹਰ ਬੈਠੇ ਹੁੰਦੇ ਉਹਨਾਂ ਦਾ ਜ਼ੋਰ ਜ਼ਿਆਦਾ ਲੱਗ ਰਿਹਾ ਹੁੰਦਾ ਖੇਡਣ ਵਾਲਿਆਂ ਨਾਲ, ਇੱਦਾਂ ਕਰਦੇ ਉੱਦਾਂ ਕਰ। ਅਸੀਂ ਉਸ ਮੋਡ 'ਚ ਗਏ ਹੋਏ ਹਾਂ ਕਿ ਮੀਡੀਆ ਦੇ ਉੱਪਰ ਅਸੀਂ ਦੇਖ ਲੈਂਦੇ ਹਾਂ ਕਿ ਉਹਨੇ ਕੀ ਕਿਹਾ, ਹੁਣ ਅਸੀਂ ਦੇਖਦੇ ਹਾਂ ਦੂਜਾ ਕੀ ਜਵਾਬ ਦਊਗਾ। ਬੇਸਿਕਲੀ ਜੇਬਾਂ ਕੱਟੀਆਂ ਜਾ ਰਹੀਆਂ ਹੁੰਦੀਆਂ ਨੇ। ਇੱਦਾਂ ਹੀ 3 ਲੱਖ ਕਰੋੜ ਚੜਿਆ ਪਿਛਲੇ 20 ਸਾਲਾਂ 'ਚ,
मतलब चाहिए तो यह है कि तुसी सारे सियासतदान सारे अफसर जिहड़े भी ईमानदार होना चाहिए वो सिर जोड़ के बैठन के भाई इन हम रोकीए किवें परजा तो पहले नालों ज़्यादा स्पीड नाल चढ़ रहे 10 लाख का प्रोजेक्ट होंगे 30 लाख की मतलब असं एडवर्टाइजमेंट दें इतना किमें मतलब मैं दसो ना ये करप्शन नहीं है स्टेट जी आम लोगों के आम सिटीजन के पैसे नूं खा रही है ये करप्शन नहीं है सारे सारिया स्टेटा नालों वध पुलिस साढ़े को 80,000 मुलाजम पर लॉ एंड ऑर्डर दिनों दिन बिगड़ता जा रहा है सो असी करप्शन ना बड़ी छोटी डेफिनेशन यदि बना लें कि जी पटवारी ने 10 रुपये लैके कापी नकल की देती ये सिर्फ ये तो एक बहुत ही विजिबल बड़ी छोटी जी चीज़ है ये तो पासक मात्र भी नहीं है करप्शन के इलैक्शन के जी फंडिंग होंगी है क्यों नहीं जीरा फैक्टरी हथ पै रहा क्यों कोर्टा के खिलाफ वकील नहीं खड़े होंगे मतलब जिहड़े माफिया बने हुए ने चाहे वह लिकर माफी है चाहे वह माइनिंग माफी है चाहे वह ड्रग माफी है चाहे वह एजुकेशन माफी है चाहे वह नवा माइग्रेशन माफी एक आ गया मतलब वीजे रोन वाला मतलब इन सारे ही बेसिकली तय तक जाने की जरूरत है पर यह सारे पल कितों रहे कि फंडिंग साड़ी इलैक्शन इनिया महंगा क्यों हो गई ने पर उन्होंने फंडिंग कितों आती है कल मैं कोई प्रोग्राम देख रहा है बड़ा शॉकिंग लग्या मैं ये पार्टी आई बदलाव के हिसाब नाल किसान मोर्चे का फायदा होया लोग एकदम उपले हुए से 92 MLA जीत गए कल कोई प्रेस मतलब चैनल कोई दस रहा है कि आम आदमी पार्टी ने सर्वे कराया अजे तक आम आदमी पार्टी का जवाब नहीं वो बारे आया कि उस सर्वे के अनुसार 12 MLA ही ईमानदार ने 92 80 ने जोड़े वो दूजी कमाई कर रहे हैं मतलब वो बंदे ने चैलेंज करके कहा कि यह अपना सर्वे है आपदम होर किसी ने नहीं किया को कहता इंटरनल सर्वे में वो बंदा कोट कर रहा है सो मैं नहीं कहता कि इन्हों की नीयत पर कोई शक है ज मतलब करप्शन रोकनी नहीं चाहते जोड़ा भी पंजाब में प्यार करता हर बंदा ही करना चाहता है जो दिल्ली के अरविंद केजरीवाल आए थे तो उन्होंने जोड़े MLA से उतों के उन्होंने तनखाह वधा दी करप्शन नहीं आह करे इन्हों का जोड़ा गुजारा है वह असी हज़ारा तो कट के लखा के लै जाएंगे हुण पंजाब दे MLA दा तुसीं जिक्र कर रहे हो कि 12 MLA ईमानदार ने ते जिहड़े 80 MLA ने ओह ईमानदारी प्लस ने ते ओह फिर ओह वी कहिंदे ने कि 85,000 दे विच करिए की असीं एडे एडे ताम जाम ने असीं सैकड़े बंदे अपने नाल रखणे हुंदे ने गड्डियां दे साडे कोल काफले ने जिन्हां नूं सरकार ने सिक्योरिटी देती ठीक है असीं प्राइवेट सिक्योरिटियां लईआं होईआं ने पर ओह सानूं भोगां दे विच जाणा ब्याहां दे विच जाणा कदे सानूं दिल्ली सद लैंदे हो कदे सानूं इत्थे सद लैंदे हो कदे कहिंदे हो कि वड्डा कट लै के जाओ अपने हल्के तों जाके जलंधर प्रचार करो कदे कहिंदे कि सानूं गुजरात दे विच वड्डे कट लै के जाओ ओह कहिंदे कि 85,000 तां असीं फिर करिए की साइकलां ते जाण जिवें सौ चक्कण गए सी डॉक्टर साहब वो साइकिल से मैं एक होर गल आम आदमी पार्टी के एक MLA ने वह कहें कि पहले दिन साइकिल से गए थे जो विधानसभा के सहु चुक समागम होया तो उदों भी मेरे झट याद आ गया कि जो 17 के इन्हों 20 MLA आए थे उदों हरपाल चीमा साहब वह बस से गए थे हैंडल फड़ के बस का सहु चुकन तो जोड़े MLA साहब साइकिल से गए थे वह कहें कि असी तो पंजाब के जम्मे जाए हाँ 1 रुपया तनखा लवेंगे असी सरकारी खजाने के RTI एक्टिविस्ट ने उन्होंने RTI पाती कहते कि तनखा तो 10 लाख ले ली 1 साल के 1 रुपये वाली गल तो झूठ हो गई वरतन गए 1 रुपया ही 10 लाख तो वैसे ले ली हाँ। मैं एक छोटी एग्जाम्पल दिना सारी दुनिया को पता है गल का कि अन्ना हजारे की लहर चो आम आदमी पार्टी निकली अन्ना हजारे की लहर का केंद्रीय बिंदु सीगा लोकपाल एक ऐसी संस्था बनाओ जिदे को चाहे सरकारी गैर सरकारी कोई भी करप्शन है वो इंडिपेंडेंट ऑटोनोमस बॉडी होवे उहदे कोल कोई बंदा जाके शिकायत कर सके तां कि करप्शन दे केस ने जिहड़े उहनां नूं सुन सके दिल्ली दे विच लोकपाल बन गया जी पंजाब दे विच कोई लोकपाल है दिल्ली च तां कहिंदे UT है साडा अधिकार पूरा नहीं हैगा पंजाब च तां स्टेट है ना पंजाब फ्री हो गया करप्शन तों लोकपाल दी लोड़ नहीं मैं जी गल कर रहा जी वो है कि जो तुम एक बॉडी अपने हाथ च रखी हुई है विजिलेंस डराउण दे लई पर धड़ा धड़ तुम विरोधियों के उपर वह वरत रहे हो मतलब लोकपाल कितने गया फिर जी इंडिपेंडेंट ऑटोनोमस बॉडी बनाई सी जिदे को करप्शन की भी कोई शिकायत कर सके वो तो खत्म हो गई ना गल
ਸੋ ਉਹ ਜਿਹੜੀਆਂ ਗੱਲਾਂ ਨੇ ਨਾ, ਮਤਲਬ ਇਹ ਸਾਰੇ ਸਾਡੇ ਦੁਨੀਆ ਭਰ ਦੇ ਸਿਆਸਤਦਾਨਾਂ ਦੇ ਮਨ 'ਚ ਇਹ ਗੱਲ ਜੱਚ ਗਈ ਹੈ ਕਿ ਲਾਰੇ ਲਾਉਣੇ ਤਾਂ ਕੋਈ ਗੱਲੇ ਹੀ ਨਹੀਂ, ਲੋਕਾਂ ਨੂੰ ਹਿਪਨੋਟਾਈਜ਼ ਜਿਹਾ ਕਰ ਲਓ, ਉਹਨਾਂ ਨੂੰ ਮੀਡੀਆ ਦੇ ਰਾਹੀਂ ਭਰਮਾ ਲਓ ਅਤੇ ਇੱਦਾਂ ਹੀ ਕੰਮ ਚਲਾਈ ਚੱਲੋ। ਇੱਦਾਂ ਨਹੀਂ ਚੱਲਦਾ ਹੁੰਦਾ, ਇਹ ਬਹੁਤ ਬੜਾ ਭਰਮ ਹੈ। ਪਰ ਜਿਹੜਾ ਵੀ ਕੁਰਸੀ 'ਤੇ ਬੈਠ ਜਾਂਦਾ, ਰਾਵਣ ਤੋਂ ਲੈ ਕੇ ਅੱਜ ਤੱਕ ਮੁਗਲਾਂ ਤੋਂ ਲੈ ਕੇ ਅੰਗਰੇਜ਼, ਉਹਨੂੰ ਲੱਗਦਾ ਪਰਮਾਨੈਂਟ ਹੈ ਕਿ ਇਹ ਨਹੀਂ ਹੁਣ ਮੇਰਾ ਆ ਗਿਆ ਰਾਜ, ਹੁਣ ਇਹ ਐਂ ਚੱਲਣਾ ਹੈ ਬਾਈ ਜੀ, ਤਾਂ ਐਂ ਚੱਲੋ। ਮਤਲਬ ਇੱਦਾਂ ਨਹੀਂ ਚੱਲਦਾ। ਇੰਦਰਾ ਗਾਂਧੀ ਨੂੰ ਵੀ ਲੱਗਦਾ ਸੀ, ਮੋਦੀ ਨੂੰ ਵੀ ਲੱਗਦਾ, ਨਹੀਂ ਚੱਲ ਸਕਦਾ ਹੁੰਦਾ। ਇਹਨੇ ਇਹਦੇ ਕਾਊਂਟਰ ਰਿਜ਼ਲਟ ਨਾਲ ਦੀ ਨਾਲ ਹੀ ਸ਼ੁਰੂ ਹੋ ਜਾਂਦੇ ਨੇ। ਕੱਲ ਅਜੇ ਬਦਲਾਅ ਸੀ, ਕੱਲ ਲੋਕ ਜੈ ਜੈਕਾਰ ਕਰਦੇ ਸੀ, ਝਾੜੂ ਦੇ ਲੋਕ ਚੱਕੀ ਫਿਰਦੇ ਸੀਗੇ, ਉਹੀ ਲੋਕ ਨੇ ਜਿਹੜੇ ਉਹਨਾਂ ਨੇ ਝਾੜੂ ਸਿੱਟ ਕੇ ਗਲਾਂ ਕੱਢਦੇ ਨੇ। ਪਰ ਵੱਡੀਆਂ ਵੱਡੀਆਂ ਸਿਕਿਉਰਟੀਆਂ ਲੈ ਕੇ ਜਾਣਾ ਪੈ ਰਿਹਾ। ਪਰ ਜਿੱਥੇ ਕਿਤੇ ਜਾਂਦੇ ਨੇ MLA's ਨੂੰ ਪੁੱਛੋ ਗਰਾਊਂਡ ਲੈਵਲ ਦੇ ਉੱਪਰ ਲੋਕ ਕਿਸ ਤਰ੍ਹਾਂ ਸਵਾਲ ਕਰਦੇ। ਸੋ ਇਹ ਦੇਖੋ ਮਾਮਲਾ ਸੀਰੀਅਸ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਇਹ ਸੀਰੀਅਸ ਜਾਂ ਇਹ ਕਰਨਾ ਨਹੀਂ ਚਾਹੁੰਦੇ, ਐਸੀ ਗੱਲ ਨਹੀਂ ਹੈ। ਪਰ ਮੇਰਾ ਖਿਆਲ ਇਹ ਹੈ ਅਜੇ ਨੀਯਤ 'ਤੇ ਸਵਾਲ ਨਹੀਂ ਉੱਠਣ ਲੱਗੇ, ਸਮਰੱਥਾ 'ਤੇ ਉੱਠ ਰਹੇ ਨੇ ਅਜੇ। ਕੱਲ੍ਹ ਨੂੰ ਨੀਯਤ 'ਤੇ ਵੀ ਉੱਠਣ ਲੱਗ ਜਾਣਗੇ ਕਿ ਭਾਈ ਨੀਯਤ ਹੀ ਨਹੀਂ ਹੈ, ਕਿਉਂਕਿ ਤੁਸੀਂ ਰਸਤਾ ਹੀ ਉਹ ਫੜ ਰਹੇ ਹੋ। ਇਸ ਪੋਲੀਟਿਕਸ ਦਾ ਇੱਕ ਵੱਡਾ ਹਿੱਸਾ ਆਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਿ ਜਿਹੜੀ ਲਗਾਤਾਰ ਲਾਈਮ ਲਾਈਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਣਨੀਤੀ ਤੇ ਨੀਤੀ ਹੈਗੀ ਹੈ, ਉਹ ਹੈਗੀ ਹੈ ਕਿ ਵਿਰੋਧੀਆਂ ਦੇ ਉੱਤੇ ਵਿਜੀਲੈਂਸ ਦੀ ਕਾਰਵਾਈ। ਆਮ ਆਦਮੀ ਪਾਰਟੀ ਦਾ ਜੇਕਰ ਆਪਾਂ ਸਭ ਤੋਂ ਵੱਡਾ ਕੋਈ ਕੰਮ ਕੱਢ ਕੇ ਦੇਖੀਏ ਤਾਂ ਠੀਕ ਹੈ, ਆਮ ਆਦਮੀ ਪਾਰਟੀ ਕਹਿ ਦੋ ਕਿ ਅਸੀਂ ਬਿੱਲ ਮਾਫ਼ ਕਰਤੇ ਅਸੀਂ, ਜਾਂ ਫਿਰ ਜਿਸ ਤਰੀਕੇ ਦੇ ਨਾਲ ਅੱਜ ਦੇ ਦਿਨ ਦੀ ਐਡਵਰਟਾਈਜ਼ਮੈਂਟ ਕੀਤੀ ਗਈ ਹੈ ਸਾਰੇ ਨਿਊਜ਼ ਪੇਪਰਾਂ ਦੇ ਵਿੱਚ ਕਿ ਜਿਹੜੀ ਕਰਪਸ਼ਨ ਹੈ ਜ਼ੀਰੋ ਹੋ ਗਈ। ਇਸ ਸਾਰੇ ਕਾਸੇ ਨਾਲੋਂ ਵੱਡੀ ਇੱਕ ਚੀਜ਼ ਆਹ ਵੀ ਹੈ ਕਿ ਵਿਜੀਲੈਂਸ ਦੀ ਜਿਹੜੀ ਕਾਰਵਾਈ ਹੈ ਕਾਂਗਰਸ ਤੇ ਹੋਰ ਨੇਤਾਵਾਂ ਦੇ ਉੱਤੇ, ਆਹ ਟੌਪ ਪ੍ਰਾਇਓਰਟੀ ਇਸ ਪੋਲੀਟਿਕਸ ਦੀ। ਐਕਚੁਅਲੀ ਪ੍ਰੋਪੇਗੰਡਾ ਟੌਪ ਪ੍ਰਾਇਓਰਟੀ ਹੈ। ਜਦੋਂ ਸਿੰਗਲਾ ਜੀ ਨੂੰ ਫੜਿਆ ਗਿਆ ਸੀ, ਜਦੋਂ ਉਹਨਾਂ ਨੂੰ ਵੀ ਫੜਿਆ ਜਾਂਦਾ, ਕਾਂਗਰਸੀਆਂ ਨੂੰ ਵੀ, ਗੱਲ ਇਹ ਕਿ ਕੇਸ ਕਿੰਨੀ ਕੁ ਪਰਸਿਊ ਸੀਰੀਅਸਲੀ ਕਰੇ ਜਾਂਦੇ ਨੇ। ਸਿੰਗਲਾ ਜੀ ਦੇ ਕੋਈ ਪੇਸ਼ ਹੀ ਨਹੀਂ ਹੋਇਆ, ਉਹਦੀ ਜ਼ਮਾਨਤ ਹੋ ਗਈ ਸੀ, ਆਪਣਾ ਹੀ ਬੰਦਾ ਸੀ, ਹਾਲਾਂਕਿ ਕਹਿੰਦੇ ਸੀ ਉਹਦੇ ਸਟਿੰਗ ਨੇ, ਸਾਡੇ ਕੋਲ ਸਾਰਾ ਕੁਛ ਹੈ। ਮਤਲਬ ਜਦੋਂ ਅਸੀਂ ਕਰਪਸ਼ਨ ਦੇ ਉੱਪਰ ਸਿਆਸਤ ਕਰਦੇ ਹਾਂ, ਜਦੋਂ ਅਸੀਂ ਕਰਪਸ਼ਨ ਨੂੰ ਸਿਰਫ ਪ੍ਰਾਪੇਗੰਡੇ ਦਾ, ਐਂਟੀ ਕਰਪਸ਼ਨ ਲਹਿਰ ਨੂੰ ਜਾਂ ਐਂਟੀ ਕਰਪਸ਼ਨ ਮੁਹਿੰਮ ਨੂੰ ਸਿਰਫ ਪ੍ਰਾਪੇਗੰਡੇ ਦਾ ਸਾਧਨ ਬਣਾ ਲੈਂਦੇ ਹਾਂ, ਇਹ ਵੀ ਇੱਕ ਕਰਪਸ਼ਨ ਹੈ। ਮੈਂ ਤਾਂ ਇਹੀ ਗੱਲ ਕਹਿ ਰਿਹਾ ਕਿ 300 ਕੇਸ ਦਰਜ ਹੋਏ, ਪੰਜਾਬ ਹੈ ਜਿਹੜਾ ਕਰਪਸ਼ਨ ਫਰੀ ਹੋ ਗਿਆ, ਅੱਜ ਦੇ ਅਖਬਾਰ ਦੀ ਐਡਵਰਟਾਈਜ਼ਮੈਂਟ ਹੈ ਫੁੱਲ ਪੇਜ ਦੀ, ਇਹਦੇ ਉੱਪਰ ਪੈਸੇ ਕਿੱਥੋਂ ਲੱਗੇ ਨੇ, ਕਿੱਥੋਂ ਆਏ, ਕਿੱਥੇ ਕਿੱਥੇ ਗਏ। ਇਹ ਇੰਸਟੀਟਿਊਸ਼ਨਲ ਕਰਪਸ਼ਨ ਹੈ। ਇੱਕ ਗਰੀਬ ਸਟੇਟ ਹੈ ਜਿਹੜੀ ਅਫੋਰਡ ਹੀ ਨਹੀਂ ਕਰ ਸਕਦੀ, ਜਿਹਦੇ ਉੱਪਰ ਹਰ ਰੋਜ਼ ਕਰਜ਼ਾ ਚੜ੍ਹ ਰਿਹਾ, ਜਿਹਦੇ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹਾਂ ਨਹੀਂ ਹਨ, ਉਹਦੇ ਲੀਡਰ ਉਹਨੂੰ ਕਿੰਨੇ ਮਹਿੰਗੇ ਪੈ ਰਹੇ। ਮਤਲਬ ਇਹ ਬੇਸਿਕ ਕੁਐਸਚਨ ਇਹ ਹੈ ਅਸਲ ਦੇ ਵਿੱਚ ਕਿ ਸਾਡੀਆਂ ਇਲੈਕਸ਼ਨਾਂ ਕਿੰਨੀਆਂ ਮਹਿੰਗੀਆਂ ਨੇ, ਸਾਡਾ ਰਾਜ ਭਾਗ ਕਿੰਨਾ ਮਹਿੰਗਾ ਹੈ, ਸਾਨੂੰ ਲੀਡਰ ਕਿੰਨੇ ਮਹਿੰਗੇ ਪੈ ਰਹੇ ਨੇ, ਸਾਨੂੰ ਬਿਊਰੋਕਰੇਸੀ ਪੁਲਿਸ ਕਿੰਨੀ ਮਹਿੰਗੀ ਪੈ ਰਹੀ ਹੈ, ਔਰ ਜਿਹੜੀ ਨੋਨ ਪ੍ਰੋਡਕਟਿਵ ਖਰਚਾ, ਜਿਹੜੇ ਪ੍ਰੋਡਕਟਿਵ ਲੋਕ ਨੇ, ਕਿਸਾਨ ਨੇ, ਮਜ਼ਦੂਰ ਨੇ, ਮੁਲਾਜ਼ਮ ਨੇ, ਜਿਹੜੇ ਕੁਛ ਕਰ ਰਹੇ ਨੇ ਕੰਟਰੀਬਿਊਟ, ਉਹਨਾਂ ਦੇ ਉੱਪਰ ਕਿੰਨਾ ਖਰਚਾ ਹੋ ਰਿਹਾ, ਇਹ ਤਾਂ ਇੱਥੋਂ ਹੀ ਬਿਲਕੁਲ ਸਾਹਮਣੇ ਆ ਜਾਂਦੀ ਹੈ ਗੱਲ। ਸੋ ਇਸ ਕਰਕੇ ਗੱਲ ਇਹ ਹੈ ਕਿ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਉਹਦੇ 'ਚ ਇਹ ਹੈ ਕਿ ਰੌਲਾ ਰੱਪਾ ਪਾ ਕੇ, ਮੇਨ ਪੋਲੀਟਿਕਸ ਇਹ ਹੈ ਕਿ ਪ੍ਰਾਪੇਗੰਡੇ 'ਚ ਵੀ ਅਤੇ ਅਦਰਵਾਈਜ਼ ਵੀ ਤੁਸੀਂ ਵਿਰੋਧੀਆਂ ਦੇ ਉੱਪਰ ਹਾਵੀ ਹੋਏ ਰਹੋ, ਕਿਤੇ ਗੁਰਬਾਣੀ ਦਾ ਕੱਢ ਲਿਆਓ, ਕਿਤੇ ਕਿਸੇ ਦਾ ਚੰਨੀ ਦਾ ਕੱਢ ਲਿਆਓ, ਰੋਜ਼ ਮਤਲਬ ਨਿਊਜ਼ ਹੈ ਜਿਹੜੀ ਉਹਦੇ 'ਚ ਤੁਹਾਡਾ ਇਹ ਹੋਵੇ ਵੀ ਦੂਜੇ ਛੋਟੇ ਨੇ, ਮਾੜੇ ਨੇ, ਘਟੀਆ ਨੇ ਅਤੇ ਅਸੀਂ ਚੰਗੇ ਹਾਂ। ਦੂਜੇ ਘਟੀਆ ਨੇ, ਨੋ ਡਾਊਟ, ਉਹ ਤਾਂ ਲੋਕਾਂ ਨੇ ਰਿਜੈਕਟ ਹੀ ਤਾਂ ਕਰੇ। ਪਰ ਇਸ ਕਰਕੇ ਤੁਸੀਂ ਬਾਏ ਇੰਪਲੀਕੇਸ਼ਨ ਕਹੋ ਵੀ ਅਸੀਂ ਚੰਗੇ ਹਾਂ, ਜਾਂ ਲੋਕਾਂ ਨੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਤੇ ਸਾਨੂੰ ਪਸੰਦ ਹੀ ਕਰਦੇ ਰਹਿਣਗੇ, ਇਹ ਭਰਮ ਹੈ ਬਹੁਤ। ਇਹ ਭਰਮ ਚੋਂ ਜਿੰਨੀ ਜਲਦੀ ਸਰਕਾਰ ਨਿਕਲਿਆ ਹੋਊਗੀ, ਪੰਜਾਬ ਦਾ ਵੀ ਫਾਇਦਾ ਹੋਊਗਾ, ਸਰਕਾਰ ਦਾ ਵੀ ਫਾਇਦਾ ਹੋਊਗਾ। ਮਤਲਬ ਉਹਨਾਂ ਨੂੰ ਸੀਰੀਅਸਲੀ ਵਿਚਾਰ ਕਰਕੇ ਕਿ ਮਤਲਬ ਸਾਡਾ ਪੰਜਾਬ ਹੈ ਜਿਹੜਾ, ਇਹ ਬਿਲਕੁਲ ਐਂਡ ਪੁਆਇੰਟ ਤੇ ਐਜ ਦੇ ਉੱਪਰ ਖੜਾ ਹੈ। ਯੂਥ ਤਾਂ ਬਾਹਰ ਚਲਿਆ ਗਿਆ, ਸਾਡੇ ਵਰਗੇ ਬੁੜੇ ਹੀ ਬੈਠੇ ਨੇ ਇੱਥੇ, ਪਰ ਉਹ ਵੀ ਲਗਭਗ ਸਾਰੇ ਦੇ ਸਾਰੇ ਸਨਕੀ ਹੋਏ ਹੋਏ ਨੇ, ਉਹ ਗਾਲਾਂ ਹੀ ਕੱਢਦੇ ਨੇ ਅਸਲ ਦੇ ਵਿੱਚ। ਸੋ ਪੰਜਾਬ ਦੀ ਜਿਹੜੀ ਹੈਲਥ ਹੈ, ਫਿਜ਼ੀਕਲ ਵੀ, ਮੈਂਟਲ ਵੀ, ਇਨਵਾਇਰਮੈਂਟਲ ਹੈਲਥ ਵੀ, ਇਹਦੇ ਬਾਰੇ ਗੰਭੀਰ ਹੋਣ ਦੀ ਜ਼ਰੂਰਤ ਹੈ। ਜੇ ਐਵੇਂ ਹੀ ਵੀ ਚਲੋ 31 ਮਈ ਨੂੰ 2 ਵਜੇ ਮੈਚ ਰੱਖਾਂਗੇ ਫਿਰ ਉਹ ਆ ਜਾਣਗੇ, ਮਤਲਬ ਇਹ ਤਾਂ ਇਹ ਜਿਹੜੇ ਗਲੈਡੀਏਟਰ ਬਣਨ ਦੀ ਲੋੜ ਨਹੀਂ ਹੈ, ਇਹ 'ਚੋਂ ਕੁਛ ਨਹੀਂ ਨਿਕਲਣਾ। ਪਹਿਲਾਂ ਵੀ ਆਪਾਂ ਦੇਖਿਆ
ਇਹ ਸਿਰਫ ਐਂਟਰਟੇਨਮੈਂਟ ਹੋ ਸਕਦੀ ਹੈ ਐਟ ਵੈਰੀ ਹਾਈ ਕੋਸਟ ਪਰ ਪੰਜਾਬ ਇਹਦੀ ਕੋਸਟ ਦੇ ਰਿਹਾ ਜੀ ਬਿਲਕੁਲ ਤੋ ਐਕਸ਼ਨ ਮੋਡ ਦੇ ਵਿੱਚੋਂ ਜਦੋਂ ਸਰਕਾਰ ਬਾਹਰ ਆਊਗੀ ਡਾਕਟਰ ਸਾਹਿਬ ਉਦੋਂ ਹੀ ਕੁਛ ਸੰਭਵ ਹੋ ਪਾਊਗਾ ਤੁਸੀਂ ਸਮਾਂ ਕੱਢਿਆ ਹੈ ਮੀਸ਼ੂ 'ਤੇ ਗੱਲਬਾਤ ਕਰਨ ਦੇ ਲਈ ਆਪਣੇ ਕੀਮਤੀ ਸਮੇਂ 'ਚੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਡਾਕਟਰ ਸਾਹਿਬ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ